ਆਂਤਾਂ ਸ਼੍ਰੀ ਗੁਰੂ ਹਰਾਈ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਬਾਰੰਬਾਲਾ ਸਾਹਿਬ ਸਿੱਖ ਸ਼ਾਬਨੀਅਤ ਮਹਾਰਾਜਾ ਰਣਜੀਤ ਸਿੰਘ ਨਗਰ ਹైదరాబాద్ ਵਿਖੇ ਗੁਰਮਤ ਸਮਾਗਮ ਤੇ ਨਗਰ ਕੀਰਤਨ ਸਜਾਇਆ ਗਿਆ ਜਿੱਥੇ ਸੰਗਤਾਂ ਵੱਟ ਚੜ ਕੇ ਪਹੁੰਚੀਆਂ ਤੇ ਰਾਗੀ ਸਿੰਘਾਂ ਤੇ ਕਥਾ ਪ੍ਰਚਾਰਕਾਂ ਨੇ ਸੰਗਤਾਂ ਨੂੰ ਹਰਜਸ ਨਾਲ ਨਿਹਾਲ ਕੀਤਾ ਨਗਰ ਕੀਰਤਨ ਗੁਰਦੁਆਰਾ ਆਸ਼ਾ ਸਿੰਘ ਬਾਗ ਵਿਖੇ ਪਹੁੰਚਿਆ ਨਗਰ ਕੀਰਤਨ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਆਸ਼ਾ ਸਿੰਘ ਬਾਗ ਦੇ ਸਟੇਸ ਕਤਾਰ ਹਰਮੇਸ਼ ਸਿੰਘ ਨੇ ਦੱਸਿਆ ਕਿ ਧੰਨ ਧੰਨ ਸ੍ਰੀ ਗੁਰੂ ਹਰਾਈ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਨਗਰ ਕੀਰਤਨ ਸਜਾਇਆ ਗਿਆ ਇਸ ਮੌਕੇ ਉਹਨਾਂ ਪ੍ਰਕਾਸ਼ ਪੁਰਬ ਦੀਆਂ ਸਭ ਨੂੰ ਵਧਾਈਆਂ ਦਿੱਤੀਆਂ ਅਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਤਨਵਾਦ ਕੀਤਾ ਨਾਲ ਹੀ ਗੁਰਬਾਣੀ ਦਾ ਪ੍ਰਚਾਰ ਕਰਨ ਲਈ ਸਿੱਖ ਨਿਊਜ਼ ਐਕਸਪ੍ਰੈਸ ਦਾ ਵੀ ਤਨਵਾਦ ਕੀਤਾ ਇਸ ਦੇ ਨਾਲ ਹੀ ਗੁਰਦੁਆਰਾ ਬਾਰਮਪਾਲਾ ਸਾਹਿਬ ਦੇ ਕੈਸ਼ੀਅਰ ਸੁਜੀਤ ਸਿੰਘ ਨੇ ਦੱਸਿਆ ਕਿ ਪ੍ਰਕਾਸ਼ਪੁਰਬ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਚ ਰੈਂਡ ਸਭਾਈ ਦਾ ਆਯੋਜਨ ਕੀਤਾ ਗਿਆ ਤੇ ਕੀਰਤਨ ਸਮਾਗਮ ਵੀ ਸਜਾਇਆ ਗਿਆ ਇਸ ਮੌਕੇ ਭਾਈ ਗੁਰਵਿੰਦਰ ਸਿੰਘ ਜੀ ਰੁਦਰਪੁਰ ਵਾਲੇ ਤੇ ਗਿਆਨੀ ਬਲਵਿੰਦਰ ਸਿੰਘ ਜੀ देहरादून ਵਾਲੇ ਖਾਸ ਤੌਰ ਤੇ ਪਹੁੰਚੇ ਜਿਨ੍ਹਾਂ ਨੇ ਸੰਗਤਾਂ ਨੂੰ ਕਥਾ ਕੀਰਤਨ ਨਾਲ ਨਿਹਾਲ ਕੀਤਾ ਇਸ ਦੇ ਨਾਲ ਹੀ ਗੁਰੂ ਘਰ ਦੇ ਸੇਵਾਦਾਰ ਵਿਸ਼ਾਲ ਸਿੰਘ ਨੇ ਦੱਸਿਆ ਕਿ ਨਗਰ ਕੀਰਤਨ ਦੌਰਾਨ ਵੱਖ-ਵੱਖ ਇਲਾਕਿਆਂ ਤੋਂ ਚੌਂਕੀਆਂ ਪਹੁੰਚੀਆਂ ਨੇ ਜੋ ਕਿ ਨਗਰ ਕੀਰਤਨ ਦੀਆਂ ਸ਼ੋਭਾ ਵਧਾਉਂਦੀਆਂ ਨੇ ਇਸ ਦੇ ਨਾਲ ਹੀ ਉਹਨਾਂ ਪੰਜਾਂ ਪਿਆਰਿਆਂ ਦਾ ਧੰਨਵਾਦ ਕੀਤਾ ਤੇ ਨਾਲ ਹੀ ਸਮੂਚੀ ਸੰਗਤ ਅਤੇ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਦਾ ਵੀ ਧੰਨਵਾਦ ਕੀਤਾ ਇਸ ਮੌਕੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਖਦੇਵ ਸਿੰਘ ਅਤੇ ਸਕੱਤਰ ਅਨਵੀਰ ਸਿੰਘ ਵੀ ਹਾਜ਼ਰੀ ਤਾਂ ਤਾਂ श्री गुरु हर राय साहिब जी महाराज जी का प्रकाश पर्व मनांदे हुए आज हैदराबाद सिकंदराबाद दी सारी संगत का टिकल मिलके इकट्ठे होके ਗੁਰਦਾਸ ਸਾਹਿਬ ਬਰਮਵਾਲਾ ਦੇ ਚਤਰ ਛਾਇਆ ਹੇਟ ਅੱਜ ਇਹ ਗੁਰਪ੍ਰਭ ਮਨਾਇਆ ਜਾ ਰਿਹਾ ਹਨ ਗੁਰਪ੍ਰਭ ਦੇ ਨਿਮਿਤ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ ਜਿਸ ਵਿੱਚ ਨਗਰ ਪ੍ਰਦਕਸ਼ਣਾ ਕਰਦੇ ਹੋਏ ਗੁਰੂ ਮਹਾਰਾਜ ਜੀ ਦੇ ਬਾਣੀ ਦਾ ਪ੍ਰਸਾਰ ਕਰਦੇ ਹੋਏ ਅੱਜ ਪੁਰਾਤਨ ਗੁਰਦਾਸ ਸਾਹਿਬ ਆਸ਼ਾ ਸਿੰਘ ਬਖਸ਼ ਦਾ ਸਿੰਘ ਸਥਾਨ ਵਿਖੇ ਨਗਰ ਕੀਰਤਨ ਪੂਜਨ ਪ੍ਰਬੰਧਕ ਕਮੇਟੀ ਗੁਰਦਾਸ ਸਾਹਿਬ ਆਸ਼ਾ ਸਿੰਘ ਬਖਸ਼ ਆਪ ਸਭ ਨੂੰ ਸੰਤਾ ਦਾ ਤਹਿ ਦਿਲੋਂ ਸਵਾਗਤ ਕਰਦੇ ਨੇ ਨਾਲ ਹੀ ਧੰਨਵਾਦ ਕਰਦੇ ਨੇ ਪ੍ਰਬੰਧਕ ਕਮੇਟੀ ਗੁਰਦਾਸ ਸਾਹਿਬ ਬਰਮਵਾਲਾ ਦਾ ਜਿਨ੍ਹਾਂ ਨੇ ਨਗਰ ਕੀਰਤਨ ਕਰਕੇ ਗੁਰਾਂ ਦੀ ਬਾਣੀ ਨਾਲ ਪ੍ਰਚਾਰ ਕਰਨ ਵਾਸਤੇ ਪੂਰਨ ਸਹਿਯੋਗ ਦਿੱਤਾ 394 ਪ੍ਰਕਾਸ਼ਪੁਰਾ ਸ਼੍ਰੀ ਗੁਰੂ ਹਰਿ जी महाराज जी दा जो कि हैदराबाद शहर विके वाट बहुत ही बड़े पत्थर ते मनाया गया जो कि कल रेन समाज दा समागम सी और आज सवेरे से ही दीवान पंडाल अते नगर कीर्तन कड्डा गया जिस विष विशेष तौर ते होम हुमा के रागी जथे अते कथा वाचक इथे पहुंचे सी जो कि हम सारे दे कथा वाचक अते और रागी सिंगा दा धन्यवाद कर देंगे जो कि गुरविंदर सिंह जी रुद्रपुर वाले जो कि की अपना कीमती समय निकाल कर इतने ले पहुँचे सी और अब हाँ भाई साहब भाई ज्ञानी बलविंदर सिंह जी देहरादून वालों जो कि बाबा जी ने संगत को बहुत ही अच्छे कथा नाल अपने सरवण किया और बहुत ही संगत का उन्होंने बहुत ही कृपा हुई सी और असी सारी संगत का बहुत तय दिल तो धनवाद कर देंगी और जो नगर कीर्तन ਹైదరాబాద్ ਤੇਲੰਗਾਨਾ ਤੇ ਸਾਰੇ ਚੌਕੀ ਅਤੇ ਨਿਸ਼ਾਨ ਸਾਹਿਬ ਇੱਥੇ ਪਹੁੰਚੇ ਸੀ ਔਰ ਗੁਰਪੁਰਬ ਵਿੱਚ ਹਮ ਹਮਾ ਕੇ ਵਕ ਵਕ ਸ਼ਹਿਰਾਂ ਤੋਂ ਜੋ ਕਿ ਪੰਜਾਬ ਤੋਂ ਦਹਿਲੇਰ ਖਾਲਸਾ ਇੰਟਰਨੈਸ਼ਨਲ ਗੱਤਾ ਗਰੁੱਪ ਇੱਥੇ ਨਗਰ ਕੀਰਤਨ ਵਿੱਚ ਸ਼ੋਭਾ ਵਧਾਨ ਲਈ ਇੱਥੇ ਪੁੱਜਾ ਸੀ ਅਤੇ ਪੰਜਾਬ ਤੋਂ ਪੰਜਾਬ ਆਰਮੀ ਬੈਂਡ ਵੀ ਇੱਥੇ ਪੁੱਜਾ ਸੀ ਹਮ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਕਿ ਹైదరాబాద్ ਦੇ ਸ਼ਹਿਰ ਵਿੱਚ ਪੁੱਜ ਕੇ ਸੰਗਤ ਦੇ ਦਰਸ਼ਨ ਦੀਦਾਰ ਉਹਨਾਂ ਨੇ ਕੀਤੇ ਸੀ ਤੋ ਅਸੀਂ ਸਾਰੇ ਸੰਗਤ ਦਾ ਪ੍ਰਬੰਧਕ ਕਮੇਟੀ ਵੱਲੋਂ ਸਾਰੀ ਸੰਗਤ ਦਾ ਧੰਨਵਾਦ ਕਰਦੇ ਸੀ ਗੁਰੂ ਸਾਹਿਬ ਕੀ ਅਪਾਰ ਬਖਸ਼ਿਸ਼ ਕਿਰਪਾ صدਕਾ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ ਤੇ ਗੁਰੂ ਹਰ राय ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪਾਵਨ ਗੁਰਪੁਰ ਅਬਦੀ ਖੁਸ਼ੀਆਂ ਅੰਦਰ ਗੁਰਦੁਆਰਾ ਬਰੰਬਾਲਾ ਸਾਹਿਬ ਸਿੱਖ ਛਾਵਨੀ ਮਹਾਰਾਜਾ ਰਣਜੀਤ ਸਿੰਘ ਜੀ ਨਗਰ ਦੀ ਗੁਰਦੁਆਰੇ ਦੀ ਮੈਨੇਜਮੈਂਟ ਕਮੇਟੀ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਹੀ ਸੋਹਣੇ ਢੰਗ ਨਾਲ ਗੁਰਪੁਰਬ ਕੀਰਤਨ ਦਰਬਾਰ ਸਜਾਇਆ ਜੋ ਔਰ ਕੱਲ ਰਾਤੀ ਰੈਨਸਵਾਈ ਸੀ ਕਾ ਪ੍ਰੋਗਰਾਮ ਸੀਗਾ ਤੇ ਅੱਜ ਇੱਕ ਵੱਡਾ ਵਿਸ਼ਾਲ ਦੀਵਾਨ ਸਜਾਇਆ ਗਿਆ ਤੇ ਉਹਦੇ ਉਪਰੰਤ ਬਹੁਤ ਵੱਡਾ ਵੱਡੇ ਪੈਮਾਨੇ ਤੇ ਨਗਰ ਕੀਰਤਨ ਵੀ ਕੱਢਿਆ ਗਿਆ ਜਿਸ ਤਰ੍ਹਾਂ ਸਭੀ ਸੰਗਤ ਨੂੰ ਪਤਾ ਹੈ ਕੀ ਵਕ ਵਕ ਸ਼ਹਿਰਾਂ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਗੁਰਪੁਰਬ ਵਿੱਚ ਨਗਰ ਕੀਰਤਨ ਕੱਡੇ ਜਾਂਦੇ ਨੇ ਤੇ ਉਸੇ ਪ੍ਰਕਾਰ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਵਿੱਚ ਜੋ ਨਗਰ ਕੀਰਤਨ ਕੱਡੇ ਜਾਂਦੇ ਨੇ ਤੇ ਇੱਥੇ ਸਿੱਖ ਸਿੱਖ ਛਾਉਣੀ ਮਹਾਰਾਜਾ ਰਣਜੀਤ ਸਿੰਘ ਗੁਰਦੁਆਰਾ ਬਰੰਬਾਲਾ ਸਾਹਿਬ ਵਿਖੇ ਗੁਰੂ ਹਰਾਈ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪਾਵਨ ਗੁਰਪੁਰਬ ਵਿੱਚ ਬਹੁਤ ਹੀ ਵੱਡੇ ਪੈਮਾਨੇ ਤੇ ਨਗਰ ਕੀਰਤਨ ਹਰ ਸਾਲ ਗੁਰਦੁਆਰੇ ਦੀ ਕਮੇਟੀ ਇਸੇ ਤਰ੍ਹਾਂ ਬਹੁਤ ਹੀ ਖੁਸ਼ੀਆਂ ਨਾਲ ਮਨਾਉਂਦੀ ਹੈ ਤੇ ਸਭੀ ਤੇਲੰਗਾਨਾ ਦੇ ਗੁਰਦੁਆਰੇ ਦੇ ਪ੍ਰਬੰਧਕ ਕਮੇਟੀ ਮੈਨੇਜਮੈਂਟ ਕਮੇਟੀ ਸਹਿਯੋਗ ਦਿੰਦੀ ਹੈ ਤੇ ਵਕ ਵਕ ਇਲਾਕਾਂ ਤੋਂ ਚੌਕੀ ਸਾਹਿਬ ਇੱਥੇ आती है तो नगर कीर्तन शोभा वादी हैगी तो जो भी लंगर दी सेवा ते और भी विच संगत की सेवा वास्ते तैयार पे तैयार ने उनका भी कमेटी दौरते बहुत बहुत धनवाद इसी तरह कमेटी के ऊपर भी महाराज अपना मेरा भरा हाथ ऐसी रखे और इसी तरह अपनी सेवा कराते रहे सभी का धन्यवाद ਔਰ ਜੋ ਮੀਡੀਆ ਲਾਈਵ ਚਲਾ ਰਹੇ ਹਨ ਉਨ੍ਹਾਂ ਦਾ ਵੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ